आम आदमी पार्टी का जिहड़ा आई टी विंग यही प्रचार रहा भी वह किसान की जिहड़ी मौत आ उन्हां दी आपदी गलती दे कारण हुई आ, पुलिस दा उहदे च कोई कसूर नहीं। 22 तरीक दे लॉ एंड ऑर्डर नूं खतरा है ते 21 तरीक नूं साडे ते अटैक दा की मतलब बणदा है। ਸਰੂਰ ਦੇ ਵਿੱਚ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਅੰਦਰ ਇਸ ਗੱਲ ਨੂੰ ਆਵਾਜ਼ ਨੂੰ ਲੋਕਾਂ ਦੀ ਨੂੰ ਦਬਾਵਾਂਗੇ ਪਰ ਆਵਾਜ਼ ਨਹੀਂ ਦਵੀ, ਆਵਾਜ਼ ਦੁੱਗਣੀ ਤਿੱਗਣੀ ਹੋ ਕੇ ਨਿਕਲੀ ਹੈ। ਭਾਵੇਂ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ ਪਰ ਸੜਕ ਨਹੀਂ ਸਾਥੋਂ ਖਾਲੀ ਕਰਵਾ ਸਕੇ, ਸੜਕ 'ਤੇ ਅੱਜ ਵੀ ਬੈਠੇ ਕਿਸਾਨ ਤਾਂ ਜਿਹੜੇ ਆ ਉਹ ਜਗ੍ਹਾ ਲੱਭਦੇ ਫਿਰਦੇ ਆ ਧਰਨੇ ਨੂੰ, ਅਤੇ ਖਾਸ ਕਰਕੇ ਖੁਦ ਮੁੱਖ ਮੰਤਰੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੋਕਾਂ ਦੇ ਚੁੱਲ੍ਹਿਆਂ 'ਤੇ ਜਾ ਕੇ ਪ੍ਰਚਾਰ ਕੀਤਾ ਗਾ ਵੀ ਤੁਹਾਨੂੰ ਸਵਾਲ ਕਰਨੇ ਚਾਹੀਦੇ ਆ, ਤੁਹਾਨੂੰ ਲੀਡਰਾਂ ਨੂੰ ਨੰਗੇ ਕਰਨਾ ਚਾਹੀਦਾ। ਪਰ ਜਿਹੜਾ ਉਹ ਪ੍ਰਚਾਰ ਸੀ, ਤੁਸੀਂ ਲੱਗਦਾ ਗਾ ਵੀ ਚੀਜ਼ਾਂ ਬਦਲ ਗਈਆਂ ਕੁਰਸੀ 'ਤੇ ਬੈਠ ਕੇ ਜਾਂ ਕੁਰਸੀ ਦੇ ਉੱਤੇ ਹੀ ਇਹੋ ਜਿਹਾ ਕੋਈ ਜਾਦੂ ਟੂਣਾ ਕੀਤਾ ਗਾ ਵੀ ਉੱਥੇ ਜੋ ਵੀ ਬਹਿੰਦਾ ਹੈਗਾ ਸਿਸਟਮ ਬਦਲ ਜਾਂਦਾ, ਜਾਂ ਵਾਕਿਆ ਦੇ ਵਿੱਚ ਕਿਸਾਨ ਧੱਕਾ ਕਰ ਰਹੇ ਨੇ ਸਰਕਾਰ ਨਾਲ। ਵਾਜਬ ਮੰਗਾਂ ਦੇ ਉੱਤੇ ਸਾਡਾ ਹੱਕ ਹੈ ਅੰਦੋਲਨ ਕਰਨਾ, ਆਵਾਜ਼ ਬੁਲੰਦ ਕਰਨਾ, ਸਾਡੇ ਅਧਿਕਾਰ ਨੂੰ ਕੁਚਲਣਾ ਪੰਜਾਬ ਦੇ ਮੁੱਖ ਮੰਤਰੀ ਨੇ, ਜਿਹੜੀਆਂ ਜ਼ਿਆਦਾ ਇਹ ਮੰਗਾਂ ਕੇਂਦਰ ਨਾਲ ਸੰਬੰਧਿਤ ਸਨ ਜੀ, ਅਤੇ ਇਹਦਾ ਮਤਲਬ ਮੋਦੀ ਸਰਕਾਰ ਦੇ ਪੱਖ 'ਚ ਖੜਿਆ ਪੰਜਾਬ ਦਾ ਮੁੱਖ ਮੰਤਰੀ ਦਿਖਾਈ ਦਿੱਤਾ। ਕੇਂਦਰ ਸਰਕਾਰ ਨੇ 200 ਕਰੋੜ ਤੋਂ ਜ਼ਿਆਦਾ ਪੈਸਾ ਜਿਹੜਾ ਉਹ ਦਿੱਤਾ ਗਾ, ਮੁੱਖ ਮੰਤਰੀ ਦਾ ਖੁਦ ਸਟੇਟਮੈਂਟ ਵੀ ਆਉਂਦਾ ਗਾ ਵੀ 200 ਕਰੋੜ ਤੋਂ ਉੱਪਰ ਵੀ ਆ ਗਿਆ ਕਿ ਅਸੀਂ 48 ਘੰਟਿਆਂ 'ਚ ਲਾ ਦਈਏ। ਭਾਈ 48 ਘੰਟਿਆਂ 'ਚ ਨਹੀਂ ਲੱਗਦੇ। ਕੱਲ੍ਹ ਵੀ ਜਿਹੜੇ ਜਿੰਪਾ ਸਾਹਿਬ ਨੇ ਮੰਤਰੀ ਨੇ ਉਹਨਾਂ ਨੇ ਕਿਹਾ ਵੀ 186 ਕਰੋੜ ਅਸੀਂ ਕਹਿਤਾ ਵੱਖੋ ਵੱਖ ਜ਼ਿਲ੍ਹਿਆਂ ਦੇ ਜਿਹੜੇ DC ਨੇ ਉਹਨਾਂ ਦੇ ਖਾਤਿਆਂ 'ਚ ਪੈ ਗਏ ਵੀ ਇਹ ਦੇ ਦਿਓ ਭਾਈ। ਉਹ ਕਹਿੰਦੇ ਵੀ ਤੁਸੀਂ ਫਿਰ ਰੌਲਾ ਕਿਉਂ ਪਾ ਰਹੇ? ਅਸੀਂ ਰੌਲਾ ਇਸ ਗੱਲ 'ਤੇ ਪਾ ਰਹੇ ਹਾਂ 18 ਤਰੀਕ ਨੂੰ, ਐਸੇ 18 ਨੂੰ ਜਿਹੜੀ ਲੰਘ ਕੇ ਗਈ ਪੰਜਾਬ ਦੇ ਮੁੱਖ ਮੰਤਰੀ ਨਾਲ 2.5 ਘੰਟੇ ਸਾਡੀਆਂ ਇਹਨਾਂ ਜਥੇਬੰਦੀਆਂ ਦੀ ਮੀਟਿੰਗ ਚੱਲੀ ਹੈ ਪੰਜਾਬ ਦੀਆਂ 2 ਦੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ BKU ਆਜ਼ਾਦ ਦੀ। ਉੱਥੇ ਇਹ ਗੱਲ ਮੁੱਖ ਮੰਤਰੀ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਯੂਥ ਕਾਡਰ ਸੀਗਾ ਕਿਸਾਨ ਜਥੇਬੰਦੀਆਂ ਦਾ, ਖਾਸ ਕਰਕੇ ਸੰਗਰੂਰ ਵਾਲੀ ਬੈਲਟ ਦਾ ਗ੍ਰਾਹਾਂ ਜਥੇਬੰਦੀ ਦਾ, ਵੀ ਇਹਨਾਂ ਦੀ ਹੀ ਦੇਣ ਹੈ, ਇਹਨਾਂ ਨੂੰ ਹੀ ਭੂਤ ਸਵਾਰ ਸੀਗਾ ਬਦਲਾਵ ਦਾ। ਬਦਲਾਵ ਆ ਗਿਆ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਇਹ ਗੱਲ ਸੀ ਵੀ ਸ਼ਾਇਦ ਇਹ ਵੱਡੇ ਡਾਕੂ ਹੈ, ਇਹਨਾਂ ਤੋਂ ਖਹਿੜਾ ਛੁਡਾ ਕੇ ਇਹ ਕੁਛ ਭਲਾ ਕਰ ਦੇਣਗੇ, ਕਿਉਂਕਿ ਗੱਲਾਂ ਇਹੋ ਜਿਹੀਆਂ ਕਰਦੇ ਸੀ। ਸਾਡੀ ਚਰਚਾ ਹੋਈ ਹੈ ਪਿਛਲੇ ਦਿਨ 'ਚ ਵੀ, ਤੁਸੀਂ ਤਾਂ ਕਹਿੰਦੇ ਸਾਡੀ ਸਰਕਾਰ ਬਣਾਓ, ਅਸੀਂ 5 ਮਿੰਟ 'ਚ ਚੁਟਕੀ ਮਾਰ ਕੇ ਕਹਿੰਦੇ MSP ਦੇਵਾਂਗੇ, ਦਿਓ ਹੁਣ MSP। ਲੋਕ ਤਾਂ ਕਹਿੰਦੇ ਆ ਵੀ ਅਸੀਂ ਨਿਕਲਣਾ ਚਾਹੁੰਦੇ ਹਾਂ, ਸੰਘਰਸ਼ ਕਰਨਾ ਚਾਹੁੰਦੇ ਹਾਂ, ਪਰ ਉਹ ਕਹਿੰਦੇ ਵੀ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਸਾਡੀ ਪਿੱਠ 'ਚ ਛੁਰਾ ਮਾਰ ਜਾਂਦੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਕਿਸਾਨੀ ਧਰਨਿਆਂ ਦੀ ਜਦੋਂ ਹੀ ਗੱਲ ਚੱਲਦੀ ਹੈ ਸਭ ਨੂੰ ਦਿੱਲੀ ਯਾਦ ਆ ਜਾਂਦੀ ਹੈ, ਹਰਿਆਣਾ ਯਾਦ ਆਉਂਦਾ ਗਾ, ਕਿਉਂਕਿ ਦਿੱਲੀ ਦੀਆਂ ਬਰੂਹਾਂ 'ਤੇ ਜੋ ਪੰਜਾਬੀਆਂ ਨੇ ਕੀਤਾ ਜਾਂ ਜੋ ਕਿਸਾਨ ਜਥੇਬੰਦੀਆਂ ਨੇ ਕੀਤਾ ਉਹ ਬਹੁਤ ਸਾਰੀਆਂ ਚੀਜ਼ਾਂ ਦੁਨੀਆ ਲਈ ਉਦਾਹਰਣ ਬਣ ਗਈਆਂ। ਪਰ ਹੁਣ ਮੁਆਵਜ਼ੇ ਨੂੰ ਲੈ ਕੇ ਜਾਂ ਹੜ੍ਹਾਂ ਨੂੰ ਲੈ ਕੇ, ਫਸਲ ਮਾਰੀ ਨੂੰ ਲੈ ਕੇ ਉਹ ਮੁਆਵਜ਼ੇ ਦੀ ਗੱਲ ਆਉਂਦੀ ਹੈ ਤਾਂ ਫਿਰ ਬਹੁਤ ਸਾਰੀਆਂ ਦਿੱਕਤਾਂ ਆ ਕੇ ਖੜੀਆਂ ਹੋ ਜਾਂਦੀਆਂ, ਜਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ। ਕਿਸਾਨ ਕਰਜ਼ੇ ਦੀ ਮਾਰ ਹੇਠਾਂ ਗਾ, ਖਾਸ ਕਰਕੇ ਜਿਹੜੀ ਛੋਟੀ ਕਿਸਾਨੀ ਆ ਉਹਦੇ ਉੱਤੇ ਬਹੁਤ ਵੱਡਾ ਸੰਕਟ ਆ। ਪਿਛਲੇ ਦਿਨੀ ਇੱਕ ਤਸਵੀਰਾਂ ਇੰਨਾ ਗੀਆਂ ਸੰਗਰੂਰ ਦੇ ਲੌਂਗੋਵਾਲ ਤੋਂ, ਇੱਕ ਕਿਸਾਨ ਦੀ ਜਾਨ ਵੀ ਚਲੀ ਜਾਂਦੀ ਹੈ। ਹਾਲਾਂਕਿ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਆ, ਨਵੀਂ ਜਥੇਬੰਦੀ ਆ, ਗ੍ਰਾਹਾਂ ਤੋਂ ਅਲੱਗ ਹੋ ਕੇ ਇਹ ਬਣੇ ਨੇ, ਖਾਸ ਕਰਕੇ ਉਹ ਖਿੱਤੇ ਤੋਂ ਆਉਂਦੇ ਆ ਜਿੱਥੇ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਹੈ ਵੀ ਸੰਗਰੂਰ ਤਾਂ ਸਾਡੀ ਰਾਜਧਾਨੀ ਆ। ਉਹਨਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਇਸ ਖਾਸ ਮੁਲਾਕਾਤ 'ਚ ਮੌਜੂਦ ਹੋਣਗੇ। ਖੁਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪੁਲਿਸ ਦੁਆਰਾ, ਕੱਲ੍ਹ ਇਹਨਾਂ ਨੂੰ ਸ਼ਾਮ ਨੂੰ ਛੱਡਿਆ ਜਾਂਦਾ, ਇਹਨਾਂ ਨਾਲ ਗੱਲਬਾਤ ਕਰਾਂਗੇ। ਉਹ ਗੱਲਾਂ ਜੋ ਲੋਕ ਸੁਣਨੀਆਂ ਚਾਹੁੰਦੇ ਨੇ, ਜਾਂ ਉਹ ਸਵਾਲ ਜੋ ਲੋਕਾਂ ਦੇ ਨੇ, ਜਾਂ ਕੁਛ ਸਵਾਲ ਜਿਹੜੇ ਸਰਕਾਰ ਕਰਦੀ ਆ ਜਥੇਬੰਦੀਆਂ ਨੂੰ, ਉਹ ਵੀ ਇਹਨਾਂ ਦੇ ਮੂਹਰੇ ਰੱਖਾਂਗੇ। ਜਸਵਿੰਦਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਸਾਰਿਆਂ ਦਾ। ਪਹਿਲਾ ਸਵਾਲ ਤਾਂ ਮੇਰਾ ਇਹ ਹੈ ਵੀ ਜਿਹੜੀ ਤੁਹਾਡੀ ਗ੍ਰਿਫਤਾਰੀ ਹੁੰਦੀ ਆ, ਉਹ ਗ੍ਰਿਫਤਾਰੀ ਪਹਿਲਾਂ ਹੀ ਹੋ ਗਈ ਸੀਗੀ ਕਿ ਉਦੋਂ ਮੌਕੇ ਤੋਂ ਹੋਈ ਆ? ਦੇਖੋ, ਮੇਰੀ ਜਿਹੜੀ ਗ੍ਰਿਫਤਾਰੀ ਦਾ ਸਵਾਲ ਸੀ, ਜਿਸ ਤਰ੍ਹਾਂ ਪੂਰੇ ਉੱਤਰੀ ਭਾਰਤ ਦੀਆਂ ਜਥੇਬੰਦੀਆਂ ਦਾ ਜਿਹੜਾ ਐਲਾਨ ਸੀ, ਪੂਰੇ ਉੱਤਰੀ ਭਾਰਤ ਦੇ ਵਿੱਚ ਸਾਡੇ ਜਿਹੜੇ ਇਹ ਕਿਸਾਨ ਸੰਗਠਨ ਸਨ ਉਹਨਾਂ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਜਾ ਕੇ ਪੁਲਿਸ ਤੈਨਾਤ ਕਰਕੇ ਉਹਨਾਂ ਦੀ ਗ੍ਰਿਫਤਾਰੀ ਦਾ ਫੈਸਲਾ ਸੀ। ਉਸ ਤਰ੍ਹਾਂ ਹੀ ਆਪਣੇ ਘਰ ਲੌਂਗੋਵਾਲ ਦੇ ਵਿੱਚ ਪੁਲਿਸ ਲਗਭਗ 4 ਵਜੇ ਕਰੀਬ ਘਰ ਨੂੰ ਘੇਰਾ ਪਾ ਲਿਆ ਸੀ। ਵੱਡੀ ਤਾਦਾਦ ਦੇ ਵਿੱਚ ਲੋਕ ਪਿੰਡ ਦੇ ਨਿਕਲੇ ਅਤੇ ਉਹਨਾਂ ਲੋਕਾਂ ਦੀ ਤਾਕਤ ਸਦਕਾ ਮੈਂ ਉਹਨਾਂ ਤੋਂ ਘਰ ਦੇ ਅੰਦਰ ਗ੍ਰਿਫਤਾਰ ਨਹੀਂ ਕੀਤਾ ਗਿਆ, ਮੈਨੂੰ ਬਾਹਰ ਕੱਢ ਦਿੱਤਾ। ਅਤੇ ਵੱਡੀ ਗਿਣਤੀ ਲੋਕਾਂ ਦੇ ਇਕੱਠ ਤੋਂ ਬਾਅਦ ਮੈਂ ਜਦੋਂ ਮੇਰੀ ਗ੍ਰਿਫਤਾਰੀ ਹੋਣ ਦਾ ਕਾਰਨ ਇਹ ਹੈ ਵੀ ਮੈਂ ਸਾਰੀਆਂ ਉਹਨਾਂ ਜਥੇਬੰਦੀਆਂ ਦੇ ਸੰਪਰਕ ਸੀ
ਜੀ ਮੈਂ ਇਸ ਕਰਕੇ ਕਿ ਇਸ ਅੰਦੋਲਨ ਨੂੰ ਤਾਰ ਪੀੜੋ ਨਾ ਸਰਕਾਰ ਕਰ ਦੇਵੇ ਮੈਂ ਆਪਣਾ ਫੋਨ ਨਹੀਂ ਬੰਦ ਕੀਤਾ ਕਿ ਅੰਦੋਲਨ ਸਾਨੂੰ ਚਾਹੀਦਾ ਕੋਈ ਗੱਲ ਨਹੀਂ ਗ੍ਰਿਫਤਾਰੀ ਹੋ ਜੂਗੀ ਹੋ ਜਾਣ ਦਿਓ ਤੇ ਜੇ ਜੇ ਫੋਨ ਨੂੰ ਬੰਦ ਕਰਦੇ ਲੋਕੇਸ਼ਨ ਟੁੱਟਦੀ ਹੈ ਤੇ ਮੈਨੂੰ ਨਹੀਂ ਫੜ ਸਕਦੀ ਸੀ ਪੁਲਿਸ ਜੀ ਜੀ ਪਰ ਅੰਦੋਲਨ ਸਾਡੇ ਲਈ ਮੁੱਖ ਹੁੰਦਾ ਹੈ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਇਸ ਕਰਕੇ ਅਸੀਂ ਨੇ ਜੋ ਉਹਨੇ ਸਮੇਂ ਦੇ ਅੰਦਰ ਅੰਦੋਲਨ ਨੂੰ ਸਟਰੋਂਗ ਕਰਨਾ ਸੀ ਅਸੀਂ ਕਰ ਚੁੱਕੇ ਸੀ ਜਦੋਂ ਮੇਰੀ ਗ੍ਰਿਫਤਾਰੀ ਹੋਈ ਹੈ ਮੇਰੀ ਰਸਤੇ ਦੇ ਵਿੱਚ ਇੱਕ ਮੀਟਿੰਗ ਕਰਾਉਣ ਨੂੰ ਲੈ ਕੇ ਗ੍ਰਿਫਤਾਰੀ ਹੋਈ ਹੈ ਮੈਂ ਜਾ ਰਿਹਾ ਸੀ ਇੱਕ ਮੀਟਿੰਗ ਹੁਣ ਇੱਕ ਸਵਾਲ ਹੋਰ ਆਉਂਦਾ ਗਾ ਉਹ ਸਵਾਲ ਹਾਲਾਂਕਿ ਮੈਂ ਅਖੀਰ ਤੇ ਕਰਨੀ ਪਹਿਲਾਂ ਹੀ ਕਰ ਦੇਣਾ ਜਿਹੜਾ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੁੰਦੀ ਆ ਤੁਹਾਡੀ ਜਥੇਬੰਦੀ ਦਾ ਸੀਗਾ ਤੁਹਾਡੀ ਜਥੇਬੰਦੀ ਬਹੁਤ ਨਵੀਂ ਬਣੀ ਆ ਤੁਸੀਂ ਦੱਸ ਰਹੇ ਹੋ ਵੀ ਫਰਵਰੀ ਦੇ ਵਿੱਚ ਹੀ ਜਥੇਬੰਦੀ ਬਣੀ ਬਿਲਕੁਲ ਹੁਣ ਪੁਲਿਸ ਦਾ ਬਿਆਨ ਜਾਂ ਬਹੁਤ ਸਾਰੇ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਆਈਟੀ ਵਿੰਗ ਆ ਆਈਟੀ ਵਿੰਗ ਇਹੀ ਪ੍ਰਚਾਰ ਰਿਹਾ ਵੀ ਉਹ ਕਿਸਾਨ ਦੀ ਜਿਹੜੀ ਮੌਤ ਆ ਉਹਨਾਂ ਦੀ ਆਪਦੀ ਗਲਤੀ ਦੇ ਕਾਰਨ ਹੋਈ ਆ ਪੁਲਿਸ ਦਾ ਉਹਦੇ 'ਚ ਕੋਈ ਕਸੂਰ ਨਹੀਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜਾ ਉਹ ਕਿਸਾਨ ਆ ਖੁਦ ਡਿੱਗ ਗਿਆ ਉਹ ਹੱਥਾਂ ਪਾਈ ਨਹੀਂ ਹੋ ਰਹੇ ਸੀ ਮਤਲਬ ਜਿਹੜਾ ਉਹ ਪ੍ਰਚਾਰ ਚੱਲ ਰਿਹਾ ਆਈਟੀ ਪਹਿਲੀ ਗੱਲ ਤਾਂ ਦੇਖੋ ਇਹ ਹੈ ਵੀ ਬਹੁਤ ਮਦਭਾਗੀ ਘਟਨਾ ਵਾਪਰੀ ਸਾਡਾ ਕਿਸਾਨ ਸ਼ਹੀਦ ਹੋਇਆ ਜੀ ਜਿਸ ਵਿੱਚ ਬਹੁਤ ਮਾੜਾ ਹੋਇਆ ਕਿਉਂਕਿ ਇਸ ਘਾਟਾ ਜਿੱਡਾ ਵੱਡਾ ਪਿਆ ਸੀ ਪੂਰ ਨਹੀਂ ਸਕਦੇ ਜੀ ਨੰਬਰ 2 ਦੇ ਉੱਤੇ ਜਿਹੜੀ ਸਰਕਾਰ ਜਾਂ ਇਹਨਾਂ ਦੀ ਪੁਲਿਸ ਜੋ ਕੁਛ ਕਹਿੰਦੀ ਹੈ ਉਹ ਤੱਥਾਂ ਤੋਂ ਉਣੀਆਂ ਗੱਲਾਂ ਦੇਖੋ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਵੀ 22 ਤਰੀਕ ਦਾ ਸਾਡਾ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਜਿਹੜਾ 21 ਤਰੀਕ ਨੂੰ ਪੁਲਿਸ ਨੇ ਸਾਡੇ ਤੇ ਪਿੰਡ 'ਚ ਆ ਕੇ ਘਰ 'ਚ ਆ ਕੇ ਲੌਂਗੋਵਾਲ ਦੇ ਵਿੱਚ ਪੁਲਿਸ ਨੇ ਅਟੈਕ ਕੀਤਾ ਇਹਦਾ ਮਤਲਬ ਪ੍ਰੋਗਰਾਮ 22 ਤਰੀਕ ਦਾ ਹੈ 22 ਤਰੀਕ ਦੇ ਲਾਈਨ ਆਰਡਰ ਨੂੰ ਖਤਰਾ ਹੈ ਤੇ 21 ਤਰੀਕ ਨੂੰ ਸਾਡੇ ਤੇ ਅਟੈਕ ਦਾ ਕੀ ਮਤਲਬ ਬਣਦਾ ਹੈ ਸਾਡੇ ਘਰਾਂ 'ਚ ਆ ਕੇ ਸਾਡੇ ਪਿੰਡ ਦੇ ਵਿੱਚ ਉਹਨੇ ਸਾਡੇ ਘਰ ਹੈ ਸਾਡੇ ਘਰਾਂ 'ਚ ਆ ਕੇ ਅਟੈਕ ਕਰਕੇ ਸਾਡੇ ਟਰੈਕਟਰ ਭੰਨੇ ਤੇ ਉਹ ਇਸ ਤਰ੍ਹਾਂ ਦਾ ਅਟੈਕ ਕੀਤਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਅੰਦਰ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇਸ ਇਲਾਕੇ ਦੇ ਕਿਸਾਨਾਂ ਨੂੰ ਸੜਕ ਤੇ ਨਹੀਂ ਚੜਨ ਦਿੰਦੇ ਘਰਾਂ ਦੇ ਅੰਦਰ ਤੜ ਕੇ ਰੱਖਾਂਗੇ ਪਰ ਧੰਨ ਨੇ ਲੋਕ ਸਾਡੇ ਜਿਹੜੇ ਉਸ ਜ਼ਬਰ ਨੂੰ ਹਣਾਉਂਦੇ ਹੋਏ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਸਿਰ ਪਾੜੇ ਜ਼ਖਮੀ ਹੈ ਸ਼ਹੀਦ ਵੀ ਜਿਹੜਾ ਉਹ ਕਿਸਾਨ ਸਾਡਾ ਹੋਇਆ ਜਦੋਂ ਟਰੈਕਟਰਾਂ ਤੇ ਲਾਠੀ ਚਾਰਜ ਹੋਣ ਲੱਗ ਗਿਆ ਬੱਸਾਂ ਦੇ ਡਰਾਈਵਰਾਂ ਤੇ ਲਾਠੀ ਚਾਰਜ ਹੋਣ ਲੱਗ ਗਿਆ ਸਾਡੇ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਤੇ ਲੋਕ ਨੇ ਜਿਹੜੇ ਉਦੋਂ ਹੁੱਲੜਬਾਜ਼ੀ ਵੈਸੇ ਬਣ ਜਾਂਦੀ ਆ ਉਸ ਤਰ੍ਹਾਂ ਦਾ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕਰਿਆ ਉਹ ਪ੍ਰਸ਼ਾਸਨ ਨੇ ਕੀਤਾ ਬਿਨਾਂ ਵਜ੍ਹਾ ਕੀਤਾ ਇਹ ਮੱਥ ਕੇ ਕੀਤਾ ਕਿ ਅਸੀਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਅੰਦਰ ਇਸ ਗੱਲ ਨੂੰ ਆਵਾਜ਼ ਨੂੰ ਲੋਕਾਂ ਦੀ ਨੂੰ ਦਬਾਵਾਂਗੇ ਪਰ ਆਵਾਜ਼ ਨਹੀਂ ਦਵੀ ਆਵਾਜ਼ ਦੁੱਗਣੀ ਤਿੱਗਣੀ ਹੋ ਕੇ ਨਿਕਲੀ ਆ ਭਾਵੇਂ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ ਪਰ ਸੜਕ ਨਹੀਂ ਸਾਥੋਂ ਖਾਲੀ ਕਰਵਾ ਸਕੇ ਸੜਕ ਤੇ ਅੱਜ ਵੀ ਬੈਠੇ ਪਿਛਲੇ ਕਈ ਮਹੀਨੇ ਪਹਿਲਾਂ ਮੁੱਖ ਮੰਤਰੀ ਦਾ ਇੱਕ ਸਟੇਟਮੈਂਟ ਆਉਂਦਾ ਸ਼ਾਇਦ ਉਹ 에ਅਰਪੋਰਟ ਦੀ ਸਟੇਟਮੈਂਟ ਆ ਤੁਹਾਡੇ ਵੀ ਯਾਦ ਹੋਊਗਾ ਉਹ ਸਟੇਟਮੈਂਟ 'ਚ ਮੁੱਖ ਮੰਤਰੀ ਕਹਿੰਦੇ ਆ ਵੀ ਕਿਸਾਨ ਤਾਂ ਜਿਹੜੇ ਆ ਉਹ ਜਗ੍ਹਾ ਲੱਭਦੇ ਫਿਰਦੇ ਆ ਧਰਨੇ ਨੂੰ ਤੇ ਖਾਸ ਕਰਕੇ ਖੁਦ ਮੁੱਖ ਮੰਤਰੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੋਕਾਂ ਦੇ ਚੁੱਲ੍ਹਿਆਂ ਤੇ ਜਾ ਕੇ ਪ੍ਰਚਾਰ ਕੀਤਾ ਗਾ ਵੀ ਤੁਹਾਨੂੰ ਸਵਾਲ ਕਰਨੇ ਚਾਹੀਦੇ ਆ ਤੁਹਾਨੂੰ ਲੀਡਰਾਂ ਨੂੰ ਨੰਗੇ ਕਰਨਾ ਚਾਹੀਦਾ ਮਤਲਬ ਜਿਹੜਾ ਉਹ ਪ੍ਰਚਾਰ ਸੀ ਤੁਸੀਂ ਲੱਗਦਾ ਗਾ ਵੀ ਚੀਜ਼ਾਂ ਬਦਲ ਗਈਆਂ ਕੁਰਸੀ ਤੇ ਬੈਠ ਕੇ ਜਾਂ ਕੁਰਸੀ ਦੇ ਉੱਤੇ ਹੀ ਇਹੋ ਜਿਹਾ ਕੋਈ ਜਾਦੂ ਟੂਣਾ ਕੀਤਾ ਗਾ ਵੀ ਉੱਥੇ ਜੋ ਵੀ ਬਹਿੰਦਾ ਹੈਗਾ ਸਿਸਟਮ ਬਦਲ ਜਾਂਦਾ ਜਾਂ ਵਾਕਿਆ ਦੇ ਵਿੱਚ ਕਿਸਾਨ ਧੱਕਾ ਕਰ ਰਹੇ ਨੇ ਸਰਕਾਰ ਨਾਲ ਦੇਖੋ ਦੋ ਗੱਲਾਂ ਸਾਡੇ ਸਾਹਮਣੇ ਨਿਖਰ ਕੇ ਸਾਫ਼ ਹੋ ਗਈਆਂ ਹਾਂ ਜਿਹੜੀਆਂ ਇਸ ਅੰਦੋਲਨ ਦੀਆਂ ਮੰਗਾਂ ਸਨ ਜਿਹੜੇ ਨੂੰ ਲੈ ਕੇ ਇਹ ਕਿਸਾਨ ਸੰਘਰਸ਼ ਕਰ ਰਹੇ ਸੀ ਹਾਂ ਇਹ ਉੱਤਰੀ ਭਾਰਤ ਦੀਆਂ 16 ਜਥੇਬੰਦੀਆਂ ਵੱਲੋਂ ਦੋ ਮੰਗਾਂ ਸਟੈਂਡ ਕੀਤੀਆਂ ਗਈਆਂ ਸੀ ਪਹਿਲੀ ਮੰਗ ਸੀ ਕਿ ਹੜ੍ਹਾਂ ਨਾਲ ਉੱਤਰੀ ਭਾਰਤ ਦੇ ਜਿੰਨੇ ਰਾਜਾਂ ਦੇ ਅੰਦਰ ਨੁਕਸਾਨ ਹੋਇਆ ਜੀ ਉਹਨਾਂ ਸਾਰੇ ਨੁਕਸਾਨ ਦੀ ਪੂਰਤੀ ਦੀ ਮੰਗ ਕਰਾਉਣ ਨੂੰ ਬਣਾ ਕੇ ਇੱਕ ਪੂਰਾ ਮੰਗ ਪੱਤਰ ਤਿਆਰ ਕੀਤਾ ਗਿਆ ਸੀ ਵੀ 50,000 ਕਰੋੜ ਰੁਪਇਆ ਕੇਂਦਰ ਸਰਕਾਰ ਰਾਜਾਂ ਨੂੰ ਦੇਵੇ ਜੀ ਐਡਾ ਵੱਡਾ ਨੁਕਸਾਨ ਹੈ ਤੇ ਫਿਰ ਕਿਸਾਨ ਬਚ ਸਕਦੇ ਆ ਜੀ ਦੂਜੀ MSP ਦੀ ਮੰਗ ਸੀ ਜਿਹੜੀ ਮੰਨਿਆ ਹੋਇਆ ਕੇਂਦਰ ਯਾਨੀ ਦੋਨੇ ਵਾਜਬ ਮੰਗਾਂ ਨੇ ਪਹਿਲੀ ਗੱਲ ਦੋਨੇ ਵਾਜਬ ਮੰਗਾਂ ਦੇ ਉੱਤੇ ਸਾਡਾ ਹੱਕ ਹੈ ਅੰਦੋਲਨ ਕਰਨਾ ਆਵਾਜ਼ ਬੁਲੰਦ ਕਰਨਾ ਸਾਡੇ ਅਧਿਕਾਰ ਨੂੰ ਕੁਚਲਣਾ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀਆਂ ਜ਼ਿਆਦਾ ਇਹ ਮੰਗਾਂ ਕੇਂਦਰ ਨਾਲ ਸੰਬੰਧਿਤ ਸਨ ਜੀ ਤੇ ਇਹਦਾ ਮਤਲਬ ਮੋਦੀ ਸਰਕਾਰ ਦੇ ਪੱਖ 'ਚ ਖੜਿਆ ਪੰਜਾਬ ਦਾ ਮੁੱਖ ਮੰਤਰੀ ਦਿਖਾਈ ਦਿੱਤਾ ਕਿਉਂਕਿ ਇਹ ਚੰਡੀਗੜ੍ਹ ਦੀ ਜੇ ਰਾਜਧਾਨੀ ਦੇ ਅੰਦਰ ਅੰਦੋਲਨ ਹੋਣਾ ਸੀ ਉੱਥੇ ਤਾਂ ਹਰਿਆਣੇ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਰੇ ਉੱਚ ਪੱਧਰੇ ਅਧਿਕਾਰੀ ਇਹਨਾਂ ਦੇ ਮੰਤਰੀ ਸ਼ੰਤਰੀ ਬਹਿੰਦੇ ਆ ਕੇਂਦਰ ਨਾਲ ਸੰਬੰਧਿਤ ਅੰਦੋਲਨ ਜ਼ਿਆਦਾ ਸੀ ਰਾਜ ਸਰਕਾਰਾਂ ਨਾਲ ਅੰਦੋਲਨ ਸੰਬੰਧ ਥੋੜਾ ਸੀ ਕਿਉਂਕਿ ਰਾਜ ਸਰਕਾਰਾਂ ਦੇ ਬਸ ਦੀਆਂ ਉਹ ਮੰਗਾਂ ਨਹੀਂ ਜਿੱਥੋਂ ਤੱਕ ਆਪਣੀ ਇਹ ਮੰਗ ਸੀ ਕਿ ਇਹ ਜਿਹੜਾ ਦਰਿਆਵਾਂ ਦਾ ਮਸਲਾ ਹੈ ਜਿਹੜਾ ਸਾਡੇ ਇਹਨਾਂ ਰਾਜਾਂ ਨੂੰ ਪ੍ਰਭਾਵਿਤ ਕਰਦਾ ਹਰ ਵਾਰੀ ਹੜ੍ਹ ਆਉਂਦੇ ਆ ਇਹਦਾ ਪ੍ਰੋਪਰ ਹੱਲ ਕੇਂਦਰ ਦੇਵੇ ਰਾਜ ਸਰਕਾਰਾਂ ਨਾਲ ਮਿਲ ਕੇ ਕਿਉਂਕਿ ਇੱਕ ਵਾਰੀ ਕਿਸਾਨ ਜਦੋਂ ਇਹਨਾਂ ਦੀਆਂ ਫਸਲਾਂ ਮਰ ਗਈਆਂ ਘਰ ਢਹਿ ਜਾਂਦੇ ਆ ਉਹ 20-20 ਸਾਲ ਨਹੀਂ ਉੱਠ ਸਕਣਗੇ ਅਸੀਂ ਇੱਥੇ ਮਾਫੀ ਜਾਊਂਗਾ ਕੋਈ ਨਹੀਂ ਕੇਂਦਰ ਸਰਕਾਰ ਨੇ 200 ਕਰੋੜ ਤੋਂ ਜ਼ਿਆਦਾ ਪੈਸਾ ਜਿਹੜਾ ਉਹ ਦਿੱਤਾ ਗਾ ਮੁੱਖ ਮੰਤਰੀ ਦਾ ਖੁਦ ਸਟੇਟਮੈਂਟ ਵੀ ਆਉਂਦਾ ਗਾ ਵੀ 200 ਕਰੋੜ ਤੋਂ ਉੱਪਰ ਰੁਪਈਆ ਆ ਗਿਆ ਕਿ ਅਸੀਂ 48 ਘੰਟਿਆਂ 'ਚ ਲਾ ਦਈਏ ਭਾਈ 48 ਘੰਟਿਆਂ 'ਚ ਨਹੀਂ ਲੱਗਦੇ ਕੱਲ੍ਹ ਵੀ ਜਿਹੜੇ ਜਿੰਪਾ ਸਾਹਿਬ ਨੇ ਮੰਤਰੀ ਨੇ ਉਹਨਾਂ ਨੇ ਕਿਹਾ ਵੀ 186 ਕਰੋੜ
ਅਸੀਂ ਕਹਿਤਾ ਵੱਖੋ ਵੱਖ ਜ਼ਿਲ੍ਹਿਆਂ ਦੇ ਜਿਹੜੇ ਡੀਸੀ ਨੇ ਉਹਨਾਂ ਦੇ ਖਾਤਿਆਂ 'ਚ ਪੈ ਗਏ ਵੀ ਇਹ ਦੇ ਦਿਓ ਭਾਈ। ਉਹ ਕਹਿੰਦੇ ਵੀ ਤੁਸੀਂ ਫਿਰ ਰੌਲਾ ਕਿਉਂ ਪਾ ਰਹੇ? ਅਸੀਂ ਰੌਲਾ ਇਸ ਗੱਲ ਤੇ ਪਾ ਰਹੇ ਹਾਂ 18 ਤਰੀਕ ਨੂੰ ਐਸੇ 18 ਨੂੰ ਜਿਹੜੀ ਲੰਘ ਕੇ ਗਈ ਪੰਜਾਬ ਦੇ ਮੁੱਖ ਮੰਤਰੀ ਨਾਲ 2.5 ਘੰਟੇ ਸਾਡੀਆਂ ਇਹਨਾਂ ਜਥੇਬੰਦੀਆਂ ਦੀ ਮੀਟਿੰਗ ਚੱਲੀ ਹੈ ਪੰਜਾਬ ਦੀਆਂ ਦੋ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਵੀਕੇ ਯੂ ਆਜ਼ਾਦ ਦੀ। ਉੱਥੇ ਇਹ ਗੱਲ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਦੀ ਤਰਫੋਂ ਕਿਉਂਕਿ ਉਹ ਪੰਜਾਬ ਦੇ ਮਸਲਿਆਂ ਨਾਲ ਸੰਬੰਧਿਤ ਮੀਟਿੰਗ ਸੀ, ਅਸੀਂ ਕਿਹਾ ਵੀ ਜਿਹੜਾ 15,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਹੈ ਉਹ ਬਹੁਤ ਥੋੜਾ ਹੈ ਕਿਉਂਕਿ ਫਸਲਾਂ ਬੀਜਣ ਦੇ ਉੱਤੇ ਸਾਡਾ ਇਦੋਂ ਜ਼ਿਆਦਾ ਖਰਚ ਆਉਂਦਾ ਤੇ ਜੇ ਭਰਪਾਈ ਕਰਨੀ ਹੈ ਮੁਆਵਜ਼ੇ ਦੇ ਵਿੱਚ ਵਾਧਾ ਕਰੋ, ਜਿੰਨਾ ਇਤਕੀ ਨੁਕਸਾਨ ਹੋਇਆ ਇਹ ਥੋੜਾ ਹੈ, ਨਗੂਣੀ ਕੰਪੋਸ਼ੇਸ਼ਨ ਮਿਲ ਰਹੀ ਹੈ। ਤੇ ਉੱਥੇ ਮੁੱਖ ਮੰਤਰੀ ਮੰਨਿਆ ਇਹ ਉਸ ਮੀਟਿੰਗ ਦੇ ਵਿੱਚ, ਉਹਦੀ ਕਾਪੀ ਪਈ ਹੈ ਉਸ ਪੂਰੀ ਮੀਟਿੰਗ ਦੀ ਲਿਖਤੀ ਕਿ ਮੈਨੂੰ ਕੇਂਦਰ ਦੀਆਂ ਸ਼ਰਤਾਂ ਡਿੱਕਾ ਨੇ, ਮੈਂ ਇਸ ਮਾਮਜੇ ਨੂੰ 25,000-20,000 ਰੁਪਏ ਤੱਕ ਜਿਵੇਂ ਮਰਜ਼ੀ ਲੈ ਜਾਂ ਜੇ ਸ਼ਰਤਾਂ ਢਿੱਲੀਆਂ ਹੋ ਜਾਣ। ਜਦ ਹੈ ਇਹ ਜਾਣੀ ਲਿਖਤੀ ਤੌਰ ਤੇ ਸਾਡੇ ਕੋਲ ਸਾਰੀ ਮੀਟਿੰਗ ਦੀ ਕਾਪੀ ਆਈ, ਉਹਦੇ 'ਚ ਜੇ ਬਿਆਨ ਇਹ ਐਡ ਹੋਇਆ ਆਪਾਂ ਕੱਢ ਲਾਂਗੇ, ਕੋਈ ਗੱਲ ਨਹੀਂ, ਹਜੇ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਸਵਾਲ ਇਹ ਹੈ ਵੀ ਉੱਥੇ ਤਾਂ ਇਹ ਮੰਨਦਾ ਜੇ ਅਸੀਂ ਡਿੱਕਾ ਦੂਰ ਕਰਾਉਣ ਚੱਲੇ ਹਾਂ ਤੇ ਫਿਰ ਕੇਂਦਰ ਦੇ ਪੱਖ 'ਚ ਭੁਗਤਾ, ਸਾਡੇ ਤੇ ਲੱਠੀਆਂ ਚਾਰਜ ਭਰਾਉਂਦਾ, ਸਾਡੇ ਅੰਦੋਲਨ ਨੂੰ ਢਾਲ ਆ ਰਿਹਾ ਮੁੱਖ ਮੰਤਰੀ ਪੰਜਾਬ ਦੇ। ਤੁਹਾਡੀ ਜਥੇਬੰਦੀ ਨੂੰ ਲੈ ਕੇ ਚਲੋ ਤੁਸੀਂ ਪਹਿਲਾਂ ਉਗਰਾਹਾਂ ਜਥੇਬੰਦੀ ਦਾ ਹਿੱਸਾ, ਬਿਲਕੁਲ, ਤੁਸੀਂ ਤੁਹਾਡੇ ਕੋਲ ਇੱਕ ਵੱਡਾ ਅਹੁਦਾ ਵੀ ਸੀ ਉਗਰਾਹਾਂ ਜਥੇਬੰਦੀ, ਬਿਲਕੁਲ, ਤੁਸੀਂ ਯੂਥ ਦੀ ਨੁਮਾਇੰਦਗੀ ਵੀ ਕਰਦੇ ਸੀ, ਤੁਹਾਡੇ ਤੇ ਤਾਂ ਆਪ ਕਿਹਾ ਜਾਂਦਾ ਵੀ ਇਹੀ ਜਥੇਬੰਦੀ ਸਭ ਤੋਂ ਜ਼ਿਆਦਾ ਸਰਕਾਰ ਲੈ ਕੇ ਆਈ ਹੈ, ਇਹਨਾਂ ਦੀ ਆਮ ਆਦਮੀ ਪਾਰਟੀ ਦੀ ਬਦਲਾਅ ਇਹੀ ਕਰਦੇ ਸੀ। ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਯੂਥ ਕਾਡਰ ਸੀਗਾ ਕਿਸਾਨ ਜਥੇਬੰਦੀਆਂ ਦਾ, ਖਾਸ ਕਰਕੇ ਸੰਗਰੂਰ ਵਾਲੀ ਬੈਲਟ ਦਾ ਉਗਰਾਹਾਂ ਜਥੇਬੰਦੀ ਦਾ, ਵੀ ਇਹਨਾਂ ਦੀ ਹੀ ਦੇਣ ਹੈ, ਇਹਨਾਂ ਨੂੰ ਹੀ ਭੂਤ ਸਵਾਰ ਸੀਗਾ ਬਦਲਾਵ ਦਾ, ਬਦਲਾਵ ਆ ਗਿਆ? ਨਹੀਂ ਨਹੀਂ ਇਸ ਤਰ੍ਹਾਂ ਦੀ ਦੇਖੋ ਕੋਈ ਗੱਲ ਨਹੀਂ, ਮੈਂ ਅੱਜ ਤੁਹਾਨੂੰ ਕਹਾਂ ਵੀ ਉਗਰਾਹਾਂ ਜਥੇਬੰਦੀ ਦੇ ਕਾਰਨ ਕੋਈ ਉਹਨਾਂ ਨੂੰ ਵੋਟ ਬੈਂਕ ਮਿਲ ਗਿਆ ਤੇ ਅਸਲ ਦੇ ਵਿੱਚ ਲੋਕਾਂ ਦੇ ਅੰਦਰ ਦੂਜੀਆਂ ਪਾਰਟੀਆਂ ਦੇ ਅੰਦਰੋਂ ਨਿਰਾਸ਼ਤਾ ਸੀ, ਉਹ ਨਿਰਾਸ਼ਤਾ ਦੇ ਕਾਰਨ ਦਿੱਲੀ ਅੰਦੋਲਨ ਦੀ ਜਾਗਰਤੀ ਨੇ ਉਹਨਾਂ ਨੂੰ ਫਾਇਦਾ ਦਿੱਤਾ। ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਇਹ ਗੱਲ ਸੀ ਵੀ ਸ਼ਾਇਦ ਇਹ ਵੱਡੇ ਡਾਕੂ ਹੈ, ਇਹਨਾਂ ਤੋਂ ਖਹਿੜਾ ਛੁਡਾ ਕੇ ਇਹ ਕੁਛ ਭਲਾ ਕਰ ਦੇਣਗੇ, ਕਿਉਂਕਿ ਗੱਲਾਂ ਇਹੋ ਜਿਹੀਆਂ ਕਰਦੇ ਸੀ। ਸਾਡੀ ਚਰਚਾ ਹੋਈ ਹੈ ਪਿਛਲੇ ਦਿਨ 'ਚ ਵੀ, ਤੁਸੀਂ ਤਾਂ ਕਹਿੰਦੇ ਸਾਡੀ ਸਰਕਾਰ ਬਣਾਓ, ਅਸੀਂ 5 ਮਿੰਟ 'ਚ ਚੁਟਕੀ ਮਾਰ ਕੇ ਕਹਿੰਦੇ MSP ਦੇਵਾਂਗੇ, ਦਿਓ ਹੁਣ MSP, ਚੁੱਪ ਹੁਣ। ਇਹ ਵੀ ਮਾਂ ਤੁਸੀਂ ਕਹਿੰਦੇ ਹੋ ਵੀ ਖਜ਼ਾਨਾ ਉਛਲਦਾ, ਫਿਰ MSP ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ, ਜਿਹੜੀਆਂ ਘੱਟ ਰੇਟ 'ਤੇ ਫਸਲਾਂ ਲੁੱਟ ਲੀਆਂ, ਮੱਕੀ ਲੁੱਟ ਲਈ, ਮੂੰਗੀ ਲੁੱਟ ਲਈ, ਉਹਦੇ ਦਿਓ ਪੈਸੇ ਪੂਰੇ ਕਰੋ ਕਿਸਾਨਾਂ ਦੇ, ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸਾਫ ਕਿ? ਫਿਰ ਇਸ ਗੱਲ ਤੇ ਆਇਆ ਪੰਜਾਬ ਦਾ ਮੁੱਖ ਮੰਤਰੀ ਕਿ ਪੰਜਾਬ ਦੇ ਅੰਦਰ ਮੈਂ ਇੱਕ ਵਾਅਦਾ ਤੁਹਾਡੇ ਨਾਲ ਕਰਦਾ ਵੀ MSP ਕਾਨੂੰਨੀ ਗਰੰਟੀ ਤਾਂ ਮੈਂ ਸਾਰੀਆਂ ਫਸਲਾਂ ਤੇ ਨਹੀਂ ਦੇ ਸਕਦਾ, ਪਰ ਐਤਕੀ ਪੰਜਾਬ ਦੇ ਵਿੱਚ ਮੈਂ ਬਾਸਮਤੀ ਘੱਟ ਰੇਟ ਤੇ ਨਹੀਂ ਵਿਕਣ ਦਿੰਦਾ। ਜੇ ਖਰੀਦੂਗਾ ਕੋਈ ਵਪਾਰੀ ਜਾਂ ਘੱਟ ਰੇਟ ਡਿੱਗਣ ਦੇ ਯਤਨ ਕਰੂਗਾ ਕੋਈ ਵਪਾਰੀ ਘੱਟ ਰੇਟ ਤੇ ਅਸੀਂ ਮੰਡੀਆਂ 'ਚ ਉਤਰਾਂਗੇ, ਅਸੀਂ ਆਪ ਖਰੀਦ ਕਰਾਂਗੇ। ਇੰਨੀ ਗੱਲ ਦੇ ਉੱਤੇ ਸਹਿਮਤੀ ਜਤਾਈ ਹੈ, ਮਤਲਬ ਵੀ ਨਾ ਪੰਜਾਬ ਸਰਕਾਰ ਸਾਡੀ ਗੱਲ ਨੂੰ ਪੂਰਾ ਕਰ ਰਹੀ ਹੈ MSP ਤੇ ਕਾਨੂੰਨੀ ਗਰੰਟੀ ਨੂੰ, ਤੇ ਕੇਂਦਰ ਵਿਰੁੱਧ ਅਸੀਂ ਇਹ ਅੰਦੋਲਨ ਹੈ MSP ਨਾਲ ਜੁੜਿਆ ਕਿ ਕੇਂਦਰ ਨੇ ਦਿੱਲੀ ਘੋਲ ਦੀਆਂ ਮੰਗਾਂ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੀਆਂ ਮੰਗਾਂ ਨੂੰ ਮੰਨਾਂਗੇ, ਕਮੇਟੀ ਬਣਾ ਕੇ MSP ਤੇ ਕਾਨੂੰਨੀ ਗਰੰਟੀ ਦੇਵਾਂਗੇ, ਤੇ ਇਹ ਫਿਰ ਅੰਦੋਲਨ ਵੀ ਨਹੀਂ ਕਰਨ ਦਿੰਦੇ ਪੰਜਾਬ 'ਚ ਵੀ ਨਹੀਂ ਸਾਡੀਆਂ ਮੰਗਾਂ ਨੂੰ ਮੰਨ ਰਹੇ, ਤਾਂ ਫਿਰ ਇਹਦਾ ਮਤਲਬ ਕੇਂਦਰ ਸਰਕਾਰ ਤੇ ਰਾਜ ਸਰਕਾਰ ਦਾ ਇਹ ਕਹਿ ਸਕਦੇ ਹਾਂ ਕਿ ਬੰਦਾ ਬਦਲ ਨਾਲ, ਪਾਰਟੀ ਬਦਲ ਨਾਲ, ਰਾਜ ਸੱਤਾ ਦਾ ਕੁਛ ਨਹੀਂ ਬਦਲਿਆ, ਸੇਮ ਹੈ, ਉਸੇ ਤਰ੍ਹਾਂ ਹੀ ਜ਼ਬਰ ਹੋ ਰਿਹਾ, ਉਸੇ ਤਰ੍ਹਾਂ ਹੀ ਸਾਡੇ ਬੰਦੇ ਸ਼ਹੀਦ ਹੋ ਰਹੇ ਹੈ, ਉਸੇ ਤਰ੍ਹਾਂ ਹੀ ਸਾਡੀ ਜਵਾਨਬੰਦੀ ਕੀਤੀ ਜਾ ਰਹੀ ਹੈ। ਇਦੋਂ ਵੀ ਅੱਗੇ ਕਿ ਸਾਡੇ ਚੱਲਦੇ ਜਿਹੜੇ ਪੇਜ ਸੀਗੇ ਯੂਨੀਅਨਾਂ ਦੇ ਜਾਂ ਸਾਡੇ ਪੱਤਰਕਾਰ ਭਰਾ ਜਿਹੜੇ ਸਾਡੀਆਂ ਖਬਰਾਂ ਪੁੱਟ ਕਰਦੇ ਸੀ, ਏਡੀ ਜਾਣੀ ਨਿਕੰਮੀ ਸਰਕਾਰ ਕਹਿ ਸਕਦਾ ਪੰਜਾਬ ਦੀ ਨੂੰ ਕਿ ਸੈਂਟਰ ਦਾ ਇੰਨਾ ਪ੍ਰੈਸ਼ਰ ਮੰਨ ਗਈ ਕਿ ਉਹ ਪੇਜ ਹੀ ਬੰਦ ਕਰ ਦਿੱਤੇ। ਸਾਡੀ ਆਵਾਜ਼ ਬੰਦੀ ਦਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਇਸ ਅੰਦੋਲਨ ਦੇ ਵਿੱਚ, ਜਿਹਦੀ ਘੋਰ ਨਿੰਦਿਆ ਸਾਨੂੰ ਸਾਰਿਆਂ ਨੂੰ ਡਟ ਕੇ ਕਰਨੀ ਚਾਹੀਦੀ ਹੈ। ਜਿਹੜੀਆਂ ਸਾਰੀਆਂ ਜਥੇਬੰਦੀਆਂ ਤੁਸੀਂ ਵੀ ਕਹਿ ਰਹੇ ਹੋ ਵੀ ਸਰਕਾਰ ਸੈਂਟਰ ਦਾ ਪ੍ਰੈਸ਼ਰ ਮੰਨ ਗਈ, ਤੁਹਾਨੂੰ ਕੀ ਲੱਗਦਾ 2024 ਦੀਆਂ ਚੋਣਾਂ ਗਈਆਂ ਪੰਜਾਬ ਦੇ ਵਿੱਚ ਇਹ ਕੋਈ ਰਾਜਨੀਤਿਕ ਇੱਕ ਵੱਡਾ ਉਥਲ ਫੁਥਲ ਹੋਣ ਵਾਲਾ ਤਾਂ ਕੁਛ ਜਚਿਆ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਾਂ ਆਮ ਆਦਮੀ ਪਾਰਟੀ ਦੇ ਹੱਥ ਹੀ ਇੰਨੇ ਬੰਨੇ ਗਏ ਵੀ ਕੁਛ ਹੱਥ ਵੱਸ ਰਿਹਾ ਨਹੀਂ, ਤੁਸੀਂ ਸਮਝ ਕੀ ਰਹੇ ਹੋ? ਕਿਉਂਕਿ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਚਿੰਤਤ ਕਰ ਰਹੇ ਨੇ ਵੀ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਕੁਛ ਪੰਜਾਬ ਦੇ ਵਿੱਚ ਹੋਰ ਵੀ ਹੋ ਸਕਦਾ, ਜਿਹਦੇ ਬਦਲੇ ਹੋ ਸਕਦਾ ਸਰਕਾਰ ਕੋਈ ਵੱਡੀ ਪਾਰਟੀ ਜਾਂ ਜਿਹੜੀ ਪਹਿਲਾਂ ਵਾਲੀ ਰਾਜਕਰਤਾ ਸ਼੍ਰੇਣੀ ਆ ਉਹ ਫਿਰ ਬਣਾ ਜੇ ਪੰਜਾਬ ਨੂੰ ਟਾਰਗੇਟ ਕਰਕੇ, ਲੋਕਾਂ ਨੂੰ ਇੱਕ ਹੋਰ ਫਿਲਮ ਦਿਖਾਈ ਜਾਵੇ ਤੇ ਸਰਕਾਰ ਫਿਰ ਬਣ ਜੇ। ਦੇਖੋ ਅਸਲ ਦੋ ਗੱਲਾਂ ਤਾਂ ਇਹਦੇ ਚੋਂ ਇਸ ਅੰਦੋਲਨ ਚੋਂ ਨਿਕਲ ਕੇ ਸਾਫ਼ ਹੋ ਗਈਆਂ। ਪਹਿਲੀ ਗੱਲ ਤਾਂ ਇਹ ਹੋ ਗਈ ਵੀ ਜਿਹੜਾ ਲੋਕਾਂ ਦਾ ਭੁਲੇਖਾ ਸੀ ਵੀ ਜਿਵੇਂ ਪੰਜਾਬ ਦੀ ਕਿਸਾਨੀ ਲਗਾਤਾਰ ਗਹਿਰੇ ਸੰਕਟ 'ਚੋਂ ਜੂਝ ਰਹੀ ਹੈ ਵੀ ਇਹ ਗਹਿਰੇ ਸੰਕਟ 'ਚੋਂ ਪੰਜਾਬ ਦਾ ਮੁੱਖ ਮੰਤਰੀ ਸ਼ਾਇਦ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਰਾਜ ਨੂੰ ਵੱਖਰਾ ਕੱਢ ਲੂ,
ਇਹ ਸੰਭਵ ਨਹੀਂ। ਇਸ ਅੰਦੋਲਨ ਨੇ ਸਾਫ਼ ਕਰਤਾ ਕਿ ਜਿਹੜੀਆਂ ਨੀਤੀਆਂ ਨੂੰ ਕੇਂਦਰ ਮੰਨ ਰਿਹਾ, ਜਿਹੜੀਆਂ ਨੀਤੀਆਂ ਨੂੰ ਪਹਿਲੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਮੰਨ ਰਹੀਆਂ ਸੀ, ਇਹਨ ਵਿਨ ਉਹਨਾਂ ਨੀਤੀਆਂ ਤੇ ਹੀ ਪੰਜਾਬ ਦਾ ਮੁੱਖ ਮੰਤਰੀ ਚੱਲ ਰਿਹਾ। ਇਹਦਾ ਮਤਲਬ ਸਾਨੂੰ ਇਹ ਸਾਫ਼ ਸਮਝ ਲੈਣਾ ਚਾਹੀਦਾ ਕਿ ਇੱਥੇ ਜੇ ਕੋਈ ਵੱਡੀ ਮੂਵਮੈਂਟ ਨਹੀਂ ਖੜੀ ਹੁੰਦੀ ਸਾਡੀ, ਕਿਸ ਵੱਡੀ ਪੱਧਰ ਤੇ ਲੋਕ ਨਹੀਂ ਨਿਕਲਦੇ, ਤਾਂ ਇਹ ਕਿਸਾਨੀ ਸੰਕਟ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਇਹ ਕਿੱਧਰ ਨੂੰ ਜਾਂਦਾ, ਲੋਕਾਂ ਦਾ ਗੁੱਸਾ ਕਿਹਨੂੰ ਜਿਤਾਉਂਦੇ ਹੈ, ਇਹ ਲੋਕਾਂ ਦੇ ਸਵਾਲਾਂ 'ਚੋਂ ਹੀ ਮਿਲ ਸਕਦੀ ਹੈ ਗੱਲ। ਸਾਨੂੰ ਤਾਂ ਇਹ ਲੱਗਦਾ ਵੀ ਲੋਕ ਪੰਜਾਬ ਦੇ ਗਹਿਰੇ ਸੰਕਟ 'ਚੋਂ ਨਿਕਲਣ ਲਈ ਹਰਿਆਣੇ ਦੇ ਪੰਜਾਬ ਦੇ ਜਿਵੇਂ ਸਾਂਝ ਬਣੀ ਹੈ ਵੱਖ ਵੱਖ ਰਾਜਾਂ ਦੀ, ਇਹ ਯਤਨ ਕਰਨਗੇ ਕਿੰਨੀ ਮਰਜ਼ੀ ਆਵਾਜ਼ ਸਾਡੀ ਨੂੰ ਦਬਾਉਣ ਦੇ ਯਤਨ ਕਰਨ, ਆਵਾਜ਼ ਦਬਦੀ ਨਹੀਂ, ਆਵਾਜ਼ ਵਧੇਗੀ, ਖੁੱਲੇਗੀ। ਲੋਕ ਤਾਂ ਕਹਿੰਦੇ ਆ ਵੀ ਅਸੀਂ ਨਿਕਲਣਾ ਚਾਹੁੰਦੇ ਹਾਂ, ਸੰਘਰਸ਼ ਕਰਨਾ ਚਾਹੁੰਦੇ ਹਾਂ, ਪਰ ਉਹ ਕਹਿੰਦੇ ਵੀ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਸਾਡੀ ਪਿੱਠ 'ਚ ਛੁਰਾ ਮਾਰ ਜਾਂਦੀਆਂ। ਪਿਛਲੀ ਵਾਰ ਵੀ ਕੁਛ ਜਥੇਬੰਦੀਆਂ ਵੋਟਾਂ ਵਾਲੇ ਪਾਸੇ ਨੂੰ ਤੁਰ ਗਏ, ਵੀ ਉਹਨਾਂ ਨੂੰ ਮੁੱਖ ਮੰਤਰੀ ਜਾਂ ਖੇਤੀਬਾੜੀ ਮੰਤਰੀ ਉਹ ਰਾਹ ਦੇਖਣ ਲੱਗ ਗਏ ਉਹਨਾਂ। ਦੇਖੋ, ਅਸਲ ਦੇ ਵਿੱਚ ਦਿੱਲੀ ਅੰਦੋਲਨ ਸੀ ਜਿਹੜਾ ਇੱਕ ਸ਼ਾਲਨੀ ਦੀ ਤਰ੍ਹਾਂ ਸੀ, ਉਹਨੇ ਲੀਡਰ ਵੀ ਛਾਣ ਤੇ, ਉਹਨਾਂ ਦੀ ਬੁੱਧੀ ਵੀ ਛਾਣ ਦਿੱਤੀ ਵੀ ਇਹ ਲੜਨਾ ਕਿੱਧਰ ਨੂੰ ਚਾਹੁੰਦੇ ਆ, ਉਹ ਦਿਸ਼ਾ ਵੀ ਤੈਅ ਕਰ ਦਿੱਤੀ ਵੀ ਪੰਜਾਬ ਦੀ ਕਿਹੜੀ ਲੀਡਰਸ਼ਿਪ ਹੈ, ਹਰਿਆਣੇ ਦੀ ਕਿਹੜੀ ਲੀਡਰਸ਼ਿਪ ਹੈ ਜੋ ਦੇਸ਼ ਦੇ ਲੋਕਾਂ ਲਈ ਇਮਾਨਦਾਰੀ ਨਾਲ ਲੜ ਕੇ ਦਰੁਸਤ ਫੈਸਲੇ ਲੈ ਸਕਦੀ ਹੈ। ਇਹ ਛਾਲਣੀ ਲੱਗ ਚੁੱਕੀ ਹੈ। ਮੈਨੂੰ ਲੱਗਦਾ ਵੀ ਅੱਜ ਦੇਸ਼ ਦੇ ਲੋਕ ਜੇ ਸਹੀ ਦਿਸ਼ਾ 'ਚ ਅੰਦੋਲਨ ਤੈਅ ਹੁੰਦਾ ਹੈ ਤਾਂ ਉੱਧਰ ਨੂੰ ਲੋਕ ਜ਼ਰੂਰ ਆਉਣਗੇ। ਜਿੱਡੀ ਵੱਡੀ ਸਪੋਰਟ ਜਾਣੀ ਇਸ ਅੰਦੋਲਨ ਦੀ ਜਿਹੜਾ ਆਪਾਂ ਮੌਜੂਦਾ ਸ਼ੁਰੂ ਕੀਤਾ ਹੋਇਆ ਹੈ 16 ਜਥੇਬੰਦੀਆਂ ਵੱਲੋਂ, ਜਿਸ ਤਰ੍ਹਾਂ ਇਹਦੀ ਸਪੋਰਟ ਆਈ ਹੈ, ਸਾਰੇ ਸੰਗਠਨਾਂ ਦੀ ਸਪੋਰਟ ਆਉਣਾ, ਸੰਯੁਕਤ ਪੰਜਾਬ ਦੇ ਮੋਰਚੇ ਦਾ ਜਿਹੜਾ ਚੈਪਟਰ ਬਣਿਆ 32-33 ਦਾ, ਉਹਨਾਂ ਵੱਲੋਂ ਬਿਲਾਂ ਸ਼ਰਤ ਹਮਾਇਤ ਆਉਣਾ ਅਤੇ ਕੱਲ੍ਹ ਉਹਨਾਂ ਦੀ ਸਾਰੀ ਲੀਡਰਸ਼ਿਪ ਦਾ ਆਉਣਾ, ਹੋਰ ਭਰਾਤਰੀ ਜਥੇਬੰਦੀਆਂ ਆਪਣੇ ਆਪਣੇ ਪੱਧਰ 'ਤੇ ਇਸਦੀ ਸਪੋਰਟ 'ਚ ਆਉਣਾ, ਯਾਨੀ ਕਹਿ ਸਕਦੇ ਹਾਂ ਕਿ ਉਹ ਜਿਹੜੀ ਲੋਕਾਂ ਦੇ ਅੰਦਰ ਨਿਰਾਸ਼ਤਾ ਸੀ ਕਿ ਦਿੱਲੀ ਤੋਂ ਬਾਅਦ ਅੰਦੋਲਨ ਕਮਜ਼ੋਰ ਪੈ ਗਏ, ਢਿੱਲੇ ਪੈ ਗਏ, ਹੁਣ ਇਹ ਇਕੱਠੇ ਨਹੀਂ ਹੋ ਸਕਦੇ, ਹੁਣ ਇਹ ਮੰਗਾਂ ਵੱਲ ਵੱਧ ਨਹੀਂ ਸਕਦੇ, ਯਾਨੀ ਇਸ ਗੱਲ 'ਚੋਂ ਆਸ ਵੱਜਦੀ ਹੈ ਵੀ ਅੰਦੋਲਨ ਦੁਬਾਰੇ ਸਟਰੋਂਗ ਹੋਣ ਦੇ ਰਾਹ ਤੁਰ ਪਿਆ। ਸਾਨੂੰ ਵਿਸ਼ਵਾਸ ਹੈ ਕਿ ਸਫਲਤਾ ਜ਼ਰੂਰ ਮਿਲੇਗੀ, ਦਿਨ ਲੱਗ ਸਕਦੇ ਆ ਜੀ। ਮੇਰਾ ਲਾਸਟ ਸਵਾਲ, ਹੁਣ ਤੁਸੀਂ ਲੰਗੋਵਾਲ ਥਾਣੇ ਦੇ ਬਾਹਰ ਬੈਠੇ, ਇੱਥੇ ਕੀ ਆ, ਮਤਲਬ ਮੰਗ ਕੀ ਆ ਤੁਹਾਡੀ, ਉਸ ਕਿਸਾਨ ਨੂੰ ਜਿਹੜਾ ਮ੍ਰਿਤਕ ਕਿਸਾਨ ਆ ਉਸਨੂੰ ਇਨਸਾਫ ਦਿਵਾਉਣਾ, ਕਿ ਉਹ ਮੰਗਾਂ ਵੀ ਨਾਲ, ਕਿ ਇੱਥੋਂ ਤੁਸੀਂ ਚੰਡੀਗੜ੍ਹ ਨੂੰ ਕੂਚ ਕਰਨਾ, ਕੀ ਆ ਮੰਗ? ਦੇਖੋ, ਸਭ ਤੋਂ ਪਹਿਲੀ ਗੱਲ ਇਹ ਆ ਵੀ ਅਸੀਂ ਚੰਡੀਗੜ੍ਹ ਜਾਣ ਦਾ ਸਾਡਾ ਪ੍ਰੋਗਰਾਮ ਸੀ, ਪ੍ਰਸ਼ਾਸਨ ਨਾਲ ਟਕਰਾਅ ਤੋਂ ਬਾਅਦ ਇਹ ਫੈਸਲਾ ਹੋ ਗਿਆ। ਫੈਸਲੇ ਤੋਂ ਬਾਅਦ ਜਿੱਥੇ ਜਿੱਥੇ ਕਿਸਾਨ ਰੋਕੇ ਹੋਏ ਆ, ਰੋਕੇ ਹੋਏ ਆ, ਰੋਕਣ ਤੋਂ ਬਾਅਦ ਕਿਸਾਨ ਸ਼ਹੀਦ ਹੋ ਗਿਆ, ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਸਾਡੀਆਂ ਪਹਿਲੀਆਂ ਦੇ ਨਾਲ ਹੋਰ ਮੰਗਾਂ ਜੁੜ ਗਈਆਂ। ਇਸ 'ਤੇ ਕੱਲ੍ਹ ਚਰਚਾ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਇੱਥੋਂ ਦੇ IG ਪਟਿਆਲਾ ਰੇਂਜ ਦੇ, ਉਹਨਾਂ ਨਾਲ ਮੀਟਿੰਗ ਹੋਈ ਹੈ, ਉਹਨਾਂ ਦੇ ਉਸ ਮੀਟਿੰਗ ਦੇ ਸੰਦਰਭ 'ਚ ਹੀ ਮੈਨੂੰ ਉਹਨਾਂ ਨੂੰ ਰਿਹਾਅ ਕਰਨਾ ਪਿਆ, ਉਸ ਮੀਟਿੰਗ ਦੇ ਵਿੱਚ ਬਿਠਾਉਣਾ ਪਿਆ। ਸਵਾਲ ਇਹ ਵੀ ਅਸੀਂ ਸਾਰੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਰਹਿ ਸੰਯੁਕਤ ਮੋਰਚੇ ਦੀ ਵੀ ਵਿੱਚ ਐਡ ਕਰਕੇ ਪ੍ਰੋਪਰ ਮੰਗਾਂ ਉਹਨਾਂ ਦੇ ਟੇਬਲ 'ਤੇ ਰੱਖ ਦਿੱਤੀਆਂ ਵੀ ਸਭ ਤੋਂ ਪਹਿਲੀ ਜਿਹੜੀ ਸਾਡੀ ਮੰਗ ਹੈਗੀ ਹੈ ਵੀ ਇਹ ਪੁਲਿਸ ਨੇ ਜਿਹੜੀ ਅਤਿ ਨਿੰਦਣ ਜੋ ਕਾਰਵਾਈ ਕੀਤੀ ਹੈ, ਸਮੇਂ ਤੋਂ ਪਹਿਲਾਂ ਕੀਤੀ ਹੈ, ਇਹਦੀ ਪੜਤਾਲ ਕਰਕੇ ਪੁਲਿਸ ਨੂੰ ਦੋਸ਼ੀ ਮੰਨਦਿਆਂ ਸੀ, ਕਿਉਂਕਿ ਜਿਹੋ ਜਿਹੀਆਂ ਵੀਡੀਓ ਆਈਆਂ ਨੇ, ਜਿਵੇਂ ਉਹਨਾਂ ਨੇ ਬੱਸਾਂ ਭੰਨੀਆਂ ਨੇ, ਜਿਵੇਂ ਉਹਨਾਂ ਨੇ ਮਾਵਾਂ ਧੀਆਂ ਨੂੰ ਗਾਲਾਂ ਕੱਢੀਆਂ ਹੈਗੀਆਂ ਨੇ, ਜਿਸ ਤਰ੍ਹਾਂ ਸਮੇਂ ਤੋਂ ਪਹਿਲਾਂ 21 ਤਰੀਕ ਨੂੰ ਅਟੈਕ 'ਤੇ ਆਈ ਹੈ, ਇਹਦੀ ਜਾਂਚ ਕਰਕੇ ਪੜਤਾਲ ਕਰਕੇ ਪੁਲਿਸ ਨੂੰ ਦੋਸ਼ੀ ਪਾਓ, ਜਿਵੇਂ ਸਾਡੇ ਬੰਦਿਆਂ ਦੇ 307 ਦੇ ਪਰਚੇ ਪਾ ਕੇ ਅੰਦਰ ਕੀਤੇ, ਨੰਬਰ 1। ਨੰਬਰ 2 'ਤੇ ਸਾਡਾ ਕਿਸਾਨ ਭਰਾ ਸ਼ਹੀਦ ਹੋ ਗਿਆ, ਉਹਦੇ ਪਰਿਵਾਰ ਨੂੰ ਕੰਪੋਸ਼ੇਸ਼ਨ ਤੌਰ 'ਤੇ 10 ਲੱਖ ਰੁਪਈਆ ਮੁਆਵਜ਼ਾ, ਉਹਦਾ ਸਾਰਾ ਕਰਜ਼ਾ ਮਾਫ਼, ਅਤੇ ਉਹਦੇ ਇੱਕ ਬੇਟੇ ਨੂੰ, ਇੱਕ ਪਰਿਵਾਰਕ ਮੈਂਬਰ ਨੂੰ ਯੋਗਤਾ ਮੁਤਾਬਕ ਨੌਕਰੀ ਦੀ ਮੰਗ। ਅਗਲੀ ਜਿੰਨੇ ਬੰਦੇ ਫੱਟੜ ਹੋ ਗਏ, ਵੱਡੀਆਂ ਵੱਧ ਸੱਟ ਹੈ ਉਹਨਾਂ ਨੂੰ 2 ਲੱਖ ਰੁਪਈਆ, ਅਤੇ ਜਿਹਦੇ ਘੱਟ ਸੱਟ ਹੈ ਉਹਨੂੰ 1 ਲੱਖ ਰੁਪਈਆ। ਤੀਜੇ ਨੰਬਰ 'ਤੇ, ਤੁਹਾਡੀ ਨਲੈਕੀ ਦੇ ਕਾਰਨ ਸਾਡੀਆਂ ਸਾਧਨ ਟੁੱਟੇ ਹੈ, ਇਹਨਾਂ ਦੀ ਭੰਨ ਤੋੜ ਦੀ ਜ਼ਿੰਮੇਵਾਰੀ ਤੁਹਾਡੀ ਹੈ, ਸਮਰਾ ਕੇ ਦੇਣਾ, ਸਾਰਿਆਂ ਨੂੰ ਠੀਕ ਕਰਾ ਕੇ ਦੇਣਾ। ਅਤੇ ਇਦੋਂ ਅਗਲੀ ਗੱਲ, ਜਿਹੜੇ ਪੇਜ ਬੰਦ ਕੀਤੇ ਆ ਕਿਸੇ ਵੀ ਚੈਨਲ ਦੇ ਕੀਤੇ ਆ, ਜਥੇਬੰਦੀਆਂ ਦੇ ਚੈਨਲਾਂ ਦੇ ਕੀਤੇ ਆ, ਉਹਨਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ। ਇਸ ਤੋਂ ਨਾਲ ਨਾਲ ਹਰਿਆਣੇ ਦੇ ਵਿੱਚ ਇੱਕ ਸਾਡੇ ਭਰਾ ਦੀ ਲੱਤ ਕੱਟ ਗਈ ਕੱਲ੍ਹ, ਉਸ ਨੂੰ ਮੰਗ ਰੱਖੀ ਆਪਾਂ ਇਸ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ, ਉਸ ਨੂੰ ਹੈਂਡੀਕੈਪਟ ਦੇ ਆਧਾਰ 'ਤੇ ਨੌਕਰੀ ਮਿਲੇ, ਉਹਦਾ ਇਲਾਜ ਸਰਕਾਰ ਫ੍ਰੀ ਕਰੇ, ਅਤੇ ਉਹਨੂੰ ਕੰਪੋਸ਼ੇਸ਼ਨ ਵੀ 5 ਲੱਖ ਤੱਕ ਘੱਟੋ ਘੱਟ ਉਹਨੂੰ ਦੇਵੇ, ਤਾਂ ਕਿ ਸਾਡੇ ਨੌਜਵਾਨ ਦਾ ਰੁਜ਼ਗਾਰ ਹੈ ਜਿਹੜਾ ਉਹ ਅੱਜ ਤਬਾਹ ਹੋ ਗਿਆ, ਜਿਹਦੀ ਲੱਤ ਕੱਟ ਗਈ। ਇਸ ਤਰ੍ਹਾਂ ਜਿੰਨੇ ਸਾਡੇ ਲੀਡਰ ਹੈ ਹਰਿਆਣਾ, ਪੰਜਾਬ, ਰਾਜਸਥਾਨ, ਜਿੱਥੇ ਜਿੱਥੇ ਵੱਖ ਵੱਖ ਰਾਜਾਂ ਦੇ,
ਉਹਨਾਂ ਨੂੰ ਸਾਰਿਆਂ ਨੂੰ ਤੁਰੰਤ ਰਿਹਾ ਕਰੋ ਜਿਹੜਾ 307 ਦਾ ਪਰਚਾ ਦਰਜ ਕਰਕੇ ਜਾਂ 304 ਦਾ ਸਾਡੇ ਕਿਸਾਨ ਅੰਦਰ ਕੀਤੇ ਹੈ ਕਿਉਂਕਿ ਇੱਕ ASI ਦੇ SHO ਦੇ ਕੋਈ ਸ਼ੱਟ ਬਾਣੀ ਮੋਟੀ ਵੱਜ ਗਈ ਸੀ ਕੋਈ ਉਸ ਪੇਟ ਦੇ ਵਿੱਚ ਉਹ ਉਹਨਾਂ ਨੂੰ ਰਿਹਾ ਕਰੋ ਇਹ ਤੋਂ ਅਗਲੀ ਮੰਗ ਵੀ ਜਿਸ ਮਨੋਰਥ ਲਈ ਸਾਡਾ ਅੰਦੋਲਨ ਹੈ ਜਿਹੜੀਆਂ ਮੰਗਾਂ ਤੇ ਉਹਨਾਂ ਮੰਗਾਂ ਨੂੰ ਹੱਲ ਕਰਾਉਣ ਲਈ ਕੇਂਦਰੀ ਵਜ਼ੀਰ ਨਾਲ ਸਾਡੀ ਮੀਟਿੰਗ ਕਰਾਉਣ ਦੀ ਚਿੱਠੀ ਲੈ ਕੇ ਆਓ ਜਿਹੜਾ ਹਰਿਆਣੇ ਵਾਲਾ ਤੁਸੀਂ ਕਿਹਾ ਵੀ ਉਹ ਮੁੰਡੇ ਦੀ ਲੱਤ ਕੱਟ ਗਈ ਸੀ ਉਹਨੂੰ ਪੰਜਾਬ ਸਰਕਾਰ ਕਿਵੇਂ ਉਹਨੂੰ ਅਸੀਂ ਇਹ ਸੋਚਦੇ ਸੀ ਉਹ ਪੰਜਾਬ ਦਾ ਹੈ ਮੋਹਾਲੀ ਜ਼ਿਲ੍ਹੇ ਨਾਲ ਸੰਬੰਧਿਤ ਹੈ ਮੁੰਡਾ ਇਹ ਪੰਜਾਬ ਸਰਕਾਰ ਦੇ ਅਧਿਕਾਰੀ ਇਹ ਕਹਿੰਦੇ ਸੀ ਵੀ ਇਹ ਹਰਿਆਣੇ 'ਚ ਵਾਪਰੀ ਘਟਨਾ ਹੈ ਸਾਡੀ ਦਲੀਲ ਇਹ ਸੀ ਵੀ ਜਿਹੜੇ ਦਿੱਲੀ ਅੰਦੋਲਨ 'ਚ ਮੌਤਾਂ ਹੋਈਆਂ ਨੇ ਉਹ ਵੀ ਤਾਂ ਹਰਿਆਣੇ 'ਚ ਹੋਈਆਂ ਸੀ ਤੇ ਪੰਜਾਬ ਸਰਕਾਰ ਨੇ ਮਾਮਲਾ ਦਿੱਤਾ ਫਿਰ ਇਹਨੂੰ ਕਿਉਂ ਨਹੀਂ ਉਹਦੇ ਕਹਿੰਦੇ ਸੀ ਅਸੀਂ ਰਾਏ ਕਰ ਲੈਂਦੇ ਹਾਂ ਅਗਲੀ ਗੱਲ ਸਵਾਲ ਇਹ ਸੀ ਵੀ ਅਸੀਂ ਇਹ ਮੰਗ ਰੱਖੀ ਹੈ ਵੀ ਇਹ ਘੱਟੋ ਘੱਟ ਸਾਡੀ ਕੇਂਦਰੀ ਮੰਤਰੀ ਦੇ ਨਾਲ ਮੀਟਿੰਗ ਕਰਾਉਂਗੇ ਤਾਂ ਇਹ ਅੰਦੋਲਨ ਹੈ ਜਿਹੜਾ ਅਸੀਂ ਇਹਨੂੰ ਮੁਲਤਵੀ ਕਰ ਸਕਦੇ ਹਾਂ ਤੁਸੀਂ ਇਹ ਟਾਈਮ ਬਾਉਂਡ ਰੱਖਿਆ ਇਹਦੇ 'ਚ ਇਹ ਗੱਲ ਰੱਖੀ ਹੈ ਉਹ ਕਹਿੰਦੇ ਸੀ ਵੀ ਕੇਂਦਰ ਤੇ ਪੰਜਾਬ ਸਰਕਾਰ ਦੀ ਹੋ ਸਕਦਾ ਹੈ ਆਪਸ ਦੇ ਵਿੱਚ ਨਾ ਵੰਡ ਕਰਕੇ ਦਿੱਕਤ ਆ ਜੇ ਸਾਡਾ ਸਵਾਲ ਨਾਲ ਇਹ ਵੀ ਹੈ ਵੀ ਜੇ ਕੇਂਦਰ ਪੰਜਾਬ ਸਰਕਾਰ ਦੀ ਮੰਨਦਾ ਨਹੀਂ ਤਾਂ ਕੇਂਦਰ ਖਾਤਰ ਇਹਨਾਂ ਨੂੰ ਰੋਕਿਆ ਕਿਉਂ ਅਸੀਂ ਤਾਂ ਕੇਂਦਰ ਨਾਲ ਵੱਡੀ ਲੜਾਈ ਹੈ ਪੰਜਾਬ ਸਰਕਾਰ ਨਾਲ ਤਾਂ ਛੋਟੀ ਹੈ ਦੋ ਨੰਬਰ ਤੇ ਆ ਪੰਜਾਬ ਸਰਕਾਰ ਪਹਿਲੇ ਨੰਬਰ ਤੇ ਸਾਡੀ ਕੇਂਦਰ ਸਰਕਾਰ ਲਈ ਹੈ ਫਿਰ ਸਾਨੂੰ ਰੋਕਿਆ ਕਾਹਦੇ ਵਾਸਤੇ ਸਾਨੂੰ ਜਾਣ ਦਿਓ ਇਹ ਵੀ ਗੱਲ ਹੈ ਇਹਦੇ 'ਚ ਉਹ ਦੂਜੀ ਪ੍ਰਪੋਜ਼ਲ ਲੈ ਕੇ ਆਏ ਸੀ ਵੀ ਗਵਰਨਰ ਨਾਲ ਮੀਟਿੰਗ ਤੁਹਾਡੀ ਜੇ ਤੈਅ ਹੋ ਜੇ ਉਹਦੇ 'ਚ ਚਲੋ ਜਥੇਬੰਦੀਆਂ ਨਾਲ ਅਸੀਂ ਵੀ ਵਿਚਾਰ ਕੀਤੀ ਹੈ ਵੀ ਇਹ ਕੀ ਕਰਿਆ ਜਾਵੇ ਤੇ ਉੱਧਰ ਉਹਨਾਂ ਦੀ ਵੀ ਰਾਏ ਚੱਲਦੀ ਹੈ ਬਾਕੀ ਅੱਜ ਦੁਬਾਰਾ ਮੀਟਿੰਗ ਹੈ ਜਿਹੜੀ 10 ਵਜੇ ਹੋਣੀ ਹੈ ਉਹਦੇ ਵਿੱਚ ਕੀ ਨਿਕਲਦਾ ਛਿੱਟਾ ਉਹ ਅੱਗੇ ਆਪਾਂ ਫਿਰ ਸਾਂਝਾ ਕਰਾਂਗੇ ਗੱਲਬਾਤ ਆਉਣ ਤੋਂ ਬਾਅਦ ਅਸੀਂ ਉਸ ਮੀਟਿੰਗ ਨੂੰ ਕੱਲ੍ਹ ਇਹ ਸਾਰੀਆਂ ਪ੍ਰਪੋਜ਼ਲਾਂ ਰੱਖ ਕੇ ਆ ਗਏ ਸੀ ਕਿ ਜੇ ਪ੍ਰਵਾਨ ਨੇ ਤਾਂ ਗੱਲ ਤੇ ਸੋਚਿਆ ਜਾ ਸਕਦਾ ਅਸੀਂ ਇਹਦਾ ਜਿਹੜਾ ਸੰਸਕਾਰ ਹੈ ਸਾਡੇ ਕਿਸਾਨ ਭਰਾ ਦਾ ਜਿਹੜਾ ਸ਼ਹੀਦ ਹੋ ਗਿਆ ਅਸੀਂ ਸਾਰੀਆਂ ਉੱਤਰੀ ਭਾਰਤ ਦੀਆਂ ਜਥੇਬੰਦੀਆਂ ਦੀ ਨੁਮਾਇੰਦਗੀ ਦੇ ਵਿੱਚ ਹਾਜ਼ਰੀ ਦੇ ਵਿੱਚ ਕਰਾਂਗੇ ਇਕੱਲੇ ਨਹੀਂ ਕਿ ਇਸ ਇਲਾਕੇ ਦਾ ਸਾਡਾ ਕਿਸਾਨ ਉਦੋਂ ਕਰਾਂਗੇ ਜਦੋਂ ਸਾਰੀਆਂ ਸਾਡੀਆਂ ਜਿੰਨੀਆਂ ਉਹਨਾਂ ਦੇ ਟੇਬਲ ਤੇ ਸਾਡੀਆਂ ਮੰਗਾਂ ਕੱਲ੍ਹ ਦੀਆਂ ਉਹਨਾਂ ਨੂੰ ਹੱਲ ਕਰਕੇ ਦੇਤਾ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂਗੇ ਤੇ ਦੂਜੀ ਗੱਲ ਇਹ ਹੈ ਵੀ ਸਾਰੀ ਲੀਡਰਸ਼ਿਪ ਉੱਥੇ ਛੱਡੂ ਰਿਹਾ ਕਰਨਗੇ ਸਾਰੇ ਭਰਾ ਸਾਡੇ ਬਾਹਰ ਆਉਣਗੇ ਤੇ ਉਹ ਸੰਸਕਾਰ ਤੇ ਸ਼ਾਮਲ ਹੋਣਗੇ ਫਿਰ ਉਹਨਾਂ ਦਾ ਸੰਸਕਾਰ ਹੋਊਗਾ ਤੇ ਸਾਨੂੰ ਕੋਈ ਜਲਦਬਾਜ਼ੀ ਨਹੀਂ ਅੰਦੋਲਨਾਂ ਦੇ ਵਿੱਚ ਜਦੋਂ ਲੜਦੇ ਹਾਂ ਠੰਮੇ ਨਾਲ ਲੜ ਰਹੇ ਹਾਂ ਕੋਈ ਹੁਲੜਬਾਜ਼ੀ ਨਹੀਂ ਕਰਦੇ ਬਿਲਕੁਲ ਸ਼ਾਂਤਮਈ ਅੰਦੋਲਨ ਹੈ ਜਿਹੜਾ ਇਹਨੂੰ ਅੱਗੇ ਵਧਾਵਾਂਗੇ ਕੋਈ ਥੱਕਣ ਵਾਲੇ ਨਹੀਂ ਹਾਰਨ ਵਾਲੇ ਨਹੀਂ ਜਿਸ ਤਰ੍ਹਾਂ ਲੋਕਾਂ ਦੀ ਸਪੋਰਟ ਹੈ ਤੁਹਾਡੀ ਪੰਜਾਬ ਦੇ ਲੋਕਾਂ ਦੀ ਸਭਨਾਂ ਦੀ ਸਪੋਰਟ ਹੈ ਤੇ ਜੇ ਲੋਕ ਇਸ ਤਰ੍ਹਾਂ ਡਟੇ ਰਹੇ ਕਿਹੜੀਆਂ ਸਰਕਾਰਾਂ ਨੂੰ ਮੰਗਾਂ ਮੰਨਣੀਆਂ ਪੈਣਗੀਆਂ ਲੈ ਕੇ ਆਵਾਂਗੇ ਉਸ ਜਮਾਂ ਉਸ ਥਾਂ ਤੇ ਜਿਹੜੀ ਥਾਂ ਤੇ ਅਸੀਂ ਸਮਝ ਕੇ ਚੱਲੇ ਹਾਂ ਕਿ ਆਹ ਮੰਗਾਂ ਪੂਰੀਆਂ ਹੋਏ ਬਿਨਾਂ ਪੰਜਾਬ ਤੇ ਭਾਰਤ ਸਾਡਾ ਬਚਦਾ ਜੀ ਸੁੰਦਰ ਜੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਮਾਂ